ਅਪੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਹੈਲਪਰ ਸਰਪਜੀਤ ਸਿੰਘ ਔਰ ਅੱਜ ਇੱਕ ਹੋਰ ਛੋਟਾ ਜਿਹਾ ਵੀਡੀਓ ਕਲਿੱਪ ਲੈ ਕੇ ਆਇਆ ਤੁਹਾਡੇ ਵਾਸਤੇ ਜੋ ਕਿ ਕਾਫੀ ਨੋਲੇਜ ਫੁਲ ਹੋਣ ਵਾਲਾ ਹੈ ਸਪੈਸ਼ਲੀ ਲੜਕੀਆਂ ਦੇ ਵਾਸਤੇ ਔਰ ਅੱਜ ਆਪਾਂ ਪਹੁੰਚੇ ਹਾਂ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਖਡੂਰ ਸਾਹਿਬ ਵਿਖੇ ਇੱਥੇ ਲੜਕੀਆਂ ਦੇ ਵਾਸਤੇ ਪੰਜਾਬ ਪੁਲਿਸ ਦੇ ਵਿੱਚ ਜਾਂ ਹੋਰ ਵੀ ਕਾਫੀ ਪੈਰਾ ਮਿਲਟਰੀ ਫੋਰਸ ਦੇ ਵਿੱਚ ਭਰਤੀ ਹੋਣ ਵਾਸਤੇ ਇੱਕ ਫ੍ਰੀ ਸਿਖਲਾਈ ਟ੍ਰੇਨਿੰਗ ਕੈਂਪ 23 ਅਗਸਤ ਮੰਗਲਵਾਰ ਤੋ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਜਿਸ ਦਾ ਫਿਜ਼ੀਕਲ ਟੈਸਟ ਜੋ ਕਿ ਹੋਏਗਾ 23 ਅਗਸਤ ਮੰਗਲਵਾਰ ਨੂੰ ਸਵੇਰੇ 8 ਵਜੇ ਔਰ ਇਹਦੇ ਵਿੱਚ ਜੋ ਨੈਕਸਟ ਪੜਾਅ ਦੇ 24 ਅਗਸਤ ਬੁੱਧਵਾਰ ਨੂੰ ਇੰਟਰਵਿਊ ਹੋਏਗੀ ਸਵੇਰੇ 10 ਵਜੇ ਔਰ ਨੈਕਸਟ ਪੜਾਅ ਜਿਹੜਾ ਇਹਦਾ ਸ਼ੁੱਕਰਵਾਰ ਨੂੰ 26 ਅਗਸਤ ਨੂੰ ਸ਼ੁੱਕਰਵਾਰ 26 ਅਗਸਤ ਨੂੰ ਸਵੇਰੇ 11 ਵਜੇ ਜੋ ਕਿ ਇਹਨਾਂ ਦਾ ਲਿਖਤੀ ਟੈਸਟ ਹੋਏਗਾ ਔਰ ਜੋ ਲੜਕੀਆਂ ਇੱਥੇ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਭਰਤੀ ਹੋਣ ਵਾਸਤੇ ਟ੍ਰੇਨਿੰਗ ਟ੍ਰੇਨਿੰਗ ਲੈਣਾ ਚਾਹੁੰਦੀਆਂ ਨੇ ਫ੍ਰੀ ਟ੍ਰੇਨਿੰਗ ਕੈਂਪ ਜੋ ਕਿ ਸਟਾਰਟ ਕੀਤਾ ਜਾ ਰਿਹਾ ਹੈ ਉਹ ਸ੍ਰੀ ਗੁਰੰਗਦੇਵ ਆਫ ਕਾਲਜ ਵਿਖੇ ਆਣ ਕੇ ਸ੍ਰੀ ਗੁਰੰਗਦੇਵ ਕਾਲਜ ਆਣ ਕੇ ਆਪਣੀ ਇੱਥੇ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਨੇ ਔਰ ਜੋ ਕਿ ਰਜਿਸਟ੍ਰੇਸ਼ਨ ਫਾਰਮ ਇਥੋਂ ਪ੍ਰਾਪਤ ਕਰ ਸਕਦੀਆਂ ਨੇ ਠੀਕ ਹੈ ਔਰ ਇਸ ਫੋਰਸ ਦੇ ਵਿੱਚ ਹੁਣ ਤੱਕ 852 ਦੇ ਕਰੀਬ ਲੜਕੀਆਂ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਨਿਭਾ ਰਹੀਆਂ ਨੇ ਔਰ ਕਾਫੀ ਲੜਕੀਆਂ ਗ੍ਰੈਜੂਏਸ਼ਨ ਬੇਸ ਦੇ ਉੱਤੇ ਸਬ ਇੰਸਪੈਕਟਰ ਵੀ ਭਰਤੀ ਹੋ ਚੁੱਕੀਆਂ ਨੇ ਪੰਜਾਬ ਪੁਲਿਸ ਦੇ ਜੋ ਕਿ ਸੇਵਾਵਾਂ ਨਿਭਾਰੀਆਂ ਨੇ ਔਰ ਜਿਹੜਾ ਸੈਸ਼ਨ ਇਹ ਹੁਣ ਆ ਸਟਾਰਟ ਹੋਣ ਜਾ ਰਿਹਾ ਹੈ 23 ਅਗਸਤ ਤੋਂ 23 24 ਔਰ 26 ਤਰੀਕ ਨੂੰ ਜਿਹਦਾ ਕਿ ਆ ਫਿਜ਼ੀਕਲ ਟੈਸਟ ਹੋਏਗਾ ਔਰ ਰਿਟਨ ਟੈਸਟ ਹੋਏਗਾ ਔਰ ਇੰਟਰਵਿਊ ਹੋਏਗੀ ਉਹਦੇ ਵਾਸਤੇ ਗ੍ਰੈਜੂਏਸ਼ਨ ਹੋਣੀ ਜ਼ਲਾਜ਼ਮੀ ਹੈ ਉਹੀ ਲੜਕੀਆਂ ਇੱਥੇ ਸੰਪਰਕ ਕਰਨ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਕਿਉਂਕਿ ਇਹ ਸਭ ਇੰਸਪੈਕਟਰ ਭਰਤੀ ਹੋਣ ਵਾਸਤੇ ਇੱਥੇ ਟ੍ਰੇਨਿੰਗ ਸੈਸ਼ਨ ਸ਼ੁਰੂ ਕੀਤਾ ਜਾ ਰਿਹਾ ਜੋ ਕਿ ਬਿਲਕੁਲ ਫ੍ਰੀ ਹੋਏਗਾ ਸੋ ਜਿਹੜੀਆਂ ਲੜਕੀਆਂ ਇੱਥੇ ਆਣ ਕੇ ਟ੍ਰੇਨਿੰਗ ਲੈਣਾ ਚਾਹੁੰਦੀਆਂ ਨੇ ਪੰਜਾਬ ਪੁਲਿਸ ਦੇ ਵਿੱਚ ਜਾਂ ਹੋਰ ਵੀ ਫੋਰਸਾਂ ਦੇ ਵਿੱਚ ਭਰਤੀ ਹੋਣ ਵਾਸਤੇ ਸਭ ਇੰਸਪੈਕਟਰ ਭਰਤੀ ਹੋਣ ਵਾਸਤੇ ਟ੍ਰੇਨਿੰਗ ਲੈਣਾ ਚਾਹੁੰਦੀਆਂ ਨੇ ਉਹ ਸ੍ਰੀ ਗੁਰੂ ਅੰਗਦ ਦੇਵ ਕਾਲਜ ਵਿਖੇ ਆਣ ਕੇ ਰਜਿਸਟ੍ਰੇਸ਼ਨ ਫਾਰਮ ਪ੍ਰਾਪਤ ਕਰ ਸਕਦੀਆਂ ਨੇ ਉੱਥੇ ਤੁਹਾਨੂੰ ਹੋਰ ਵੀ ਜਾਣਕਾਰੀ ਦੇਣ ਵਾਸਤੇ ਸਟਾਫ ਮਿਲੇਗਾ ਔਰ ਜੋ ਕਿ ਇਸ ਸੰਸਥਾ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ ਸਰਦਾਰ ਬਲਦੇਵ ਸਿੰਘ ਜੀ ਸੰਧੂ ਜੋ ਕਿ ਤੁਹਾਨੂੰ ਇਹਦੇ ਵਾਸਤੇ ਹੋਰ ਵੀ ਮੋਰ ਇਨਫੋਰਮੇਸ਼ਨ ਦੇਣਗੇ ਤੁਸੀਂ ਉਹਨਾਂ ਨਾਲ ਆਣ ਕੇ ਗੱਲਬਾਤ ਕਰ ਸਕਦੇ ਹੋ ਔਰ ਮੈਂ ਤੁਹਾਡਾ ਅਲਪਰ ਸਰਜੀਤ ਸਿੰਘ ਜੋ ਕਿ ਤੁਹਾਡੇ ਵਾਸਤੇ ਹਰ ਵੇਲੇ ਹਾਜ਼ਰ ਹਾਂ ਤੁਹਾਨੂੰ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਪਹੁੰਚਾਉਣ ਦੇ ਵਾਸਤੇ ਸੋ ਜਲਦੀ ਤੋਂ ਜਲਦੀ ਆਣ ਕੇ ਸ੍ਰੀ ਗੁਰੰਗਦੇਵ ਕਾਲਜ ਵਿਖੇ ਕੰਟੈਕਟ ਕਰੋ ਔਰ ਆਪਣਾ ਰਜਿਸਟ੍ਰੇਸ਼ਨ ਸ਼ੁਰੂ ਕਰਵਾਓ ਟਾਈਮ ਨਿਕਲਦਾ ਜਾ ਰਿਹਾ ਹੈ ਤਾਰੀਖ ਫੇਰ ਵਾਰ ਇੱਕ ਤੋਂ ਵਾਰ ਫੇਰ ਤੋਂ ਰਿਪੀਟ ਕਰ ਦਿੰਦਾ ਹਾਂ 23 ਅਗਸਤ ਨੂੰ ਫਿਜ਼ੀਕਲ ਟੈਸਟ ਹੋਏਗਾ ਸਵੇਰੇ 8 ਵਜੇ 24 ਅਗਸਤ ਨੂੰ ਲਿਖਤੀ ਟੈਸਟ ਹੋਏਗਾ ਸਵੇਰੇ 10 ਵਜੇ ਔਰ 26 ਅਗਸਤ ਨੂੰ ਲਿਖਤੀ ਟੈਸਟ ਹੋਏਗਾ ਸੌਰੀ ਸਬ 26 ਅਗਸਤ ਨੂੰ ਆਪਣਾ ਇੰਟਰਵਿਊ ਹੋਏਗੀ ਸਵੇਰੇ 11 ਵਜੇ ਸੋ ਜਲਦੀ ਤੋਂ ਜਲਦੀ ਆਣ ਕੇ ਇੱਥੇ ਆਪਣੇ ਰਜਿਸਟ੍ਰੇਸ਼ਨ ਫਾਰਮ ਪ੍ਰਾਪਤ ਕਰੋ ਔਰ ਆਪਣੀ ਐਡਮਿਸ਼ਨ ਨੂੰ ਇੱਥੇ ਸਟਾਰਟ ਕਰਵਾਓ ਔਰ ਆਓ ਤੁਹਾਨੂੰ ਥੋੜਾ ਜਿਹਾ ਗਰਾਊਂਡ ਦਾ ਪ੍ਰੀਵਿਊ ਦਿਖਾ ਦਿੰਦੇ ਆ ਆਪਾਂ ਇਸ ਟਾਈਮ ਗਰਾਊਂਡ ਦੇ ਵਿੱਚ ਹੀ ਖੜੇ ਆ ਇਹ ਸ੍ਰੀ ਗੁਰੂ ਇਹ ਗਰਾਊਂਡ ਹੈ ਇੱਧਰ ਵੀ ਗਰਾਊਂਡਸ ਨੇ ਗਰਾਊਂਡ ਵੀ ਕਾਫੀ ਵਧੀਆ ਤਿਆਰ ਕੀਤੀ ਗਈ ਹੈ ਔਰ بارش ਦੇ ਕਰਕੇ ਗਰਾਊਂਡ ਥੋੜੀ ਜਿਹੀ ਗਿੱਲੀ ਵੀ ਹੋ ਗਈ ਹੈ ਔਰ ਇਹ ਤਿਆਰ ਕਰ ਦਿੱਤੀ ਗਈ ਹੈ ਬਸ ਸਟਾਰਟ ਹੋ ਜਾਏਗਾ ਕੰਮ ਥੋੜੇ ਦਿਨਾਂ ਤੱਕ ਇਹ ਗਰਾਊਂਡਸ ਹੈ ਔਰ ਹਰ ਤਰ੍ਹਾਂ ਦਾ ਫਿਜ਼ੀਕਲ ਟੈਸਟ ਇੱਥੇ ਤੁਹਾਨੂੰ ਕਰਵਾਇਆ ਜਾਏਗਾ ਫਿਜ਼ੀਕਲ ਫਿਟਨੈਸ ਕਰਵਾਈ ਜਾਏਗੀ ਔਰ ਨਾਲ ਹੀ ਤੁਹਾਨੂੰ ਇੱਥੇ ਪ੍ਰੀਕਿਪਿਟਾ ਇੱਕ ਤਿਆਰੀ ਕਰਵਾਈ ਜਾਏਗੀ ਬਹੁਤ ਸੋਹਣਾ ਦੇਖੋ ਮਾਹੌਲ ਹੈ ਚਾਰ ਸਵੇਰੇ ਹਰ ਤਰ੍ਹਾਂ ਦੀ ਗਰਾਊਂਡਸ ਇੱਥੇ ਅਵੇਲੇਬਲ ਹੈ ਔਰ ਪ੍ਰੋਸੀਮਨ ਸਟਾਫ ਇੱਥੇ ਅਵੇਲੇਬਲ ਹੈਗਾਵਾ ਤੁਸੀਂ ਜਲਦੀ ਤੋਂ ਜਲਦ ਆਓ ਔਰ ਆਪਣੇ ਰਜਿਸਟ੍ਰੇਸ਼ਨ ਫਾਰਮ ਪ੍ਰਾਪਤ ਕਰਕੇ ਆਪਣੀ ਇੱਥੇ ਐਡਮਿਸ਼ਨ ਕਰਵਾਓ ਜੀ। ਤੋਂ ਆਸ ਕਰਦਾ ਹਾਂ ਮੈਂ ਤੁਹਾਨੂੰ ਇਹ ਛੋਟਾ ਜਿਹਾ ਵੀਡੀਓ ਕਲਿੱਪ ਜ਼ਰੂਰ ਪਸੰਦ ਆਏਗਾ। ਔਰ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਔਰ ਅੱਜ ਆਪਾਂ ਖੜੇ ਆਂ ਸ੍ਰੀ ਗੁਰੰਗਤ ਦੇਵ ਕਾਲਜ ਦੇ ਲਾਗੇ ਜਿਉਂ ਬਾਬਾ ਗੁਰਮukh ਸਿੰਘ ਮੋਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਹੈ ਉਹਦਾ ਗੇਟ ਦੇ ਅਗੇ ਇਸ ਗੇਟ ਤੋਂ ਤੁਹਾਡੇ ਫਿਜ਼ੀਕਲ ਟੈਸਟ ਦੀ ਜੋ ਕਿ ਐਂਟਰੀ ਹੋਏਗੀ ਤੋਂ ਆਓ ਮਿਲਦੇ ਆਂ ਫਿਰ ਆਪਣੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ